हमारे चैनल LF News 24 को सब्सक्राइब करें और बेल आइकन दबाएं ताकि आपको हमारी नोटिफिकेशन मिलती रहे। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅੱਜ ਐਜ CP ਅੰਮ੍ਰਿਤਸਰ ਮੈਨੂੰ ਚਾਰ ਸੰਭਾਲਣ ਦਾ ਮੌਕਾ ਮਿਲਿਆ। ਮੈਂ ਸਰਕਾਰ ਦਾ ਧੰਨਵਾਦੀ ਹਾਂ ਕਿ ਗੁਰੂ ਘਰ ਦੇ ਵਿੱਚ ਗੁਰੂ ਨਗਰੀ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ। ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੂੰਗਾ, ਆਪਣੇ ਸਾਰੀ ਟੀਮ ਨੂੰ ਅਤੇ ਸਾਰੀ ਪਬਲਿਕ ਨੂੰ ਵੀ, ਕਿ ਸਾਨੂੰ ਇੱਕ ਹੋ ਕੇ ਕ੍ਰਾਈਮ ਦੇ ਅਗੇਂਸਟ ਚੱਲਣ ਦੀ ਲੋੜ ਹੈਗੀ ਹੈ, ਸ਼ਰਾਰਤੀ ਅਨਸਰਾਂ ਦੇ ਅਗੇਂਸਟ ਚੱਲਣ ਦੀ ਲੋੜ ਹੈ। ਉਸ ਦੇ ਨਾਲ ਹੀ ਸਾਨੂੰ ਪ੍ਰੋਪਰ ਢੰਗ ਨਾਲ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਵੀ ਪਬਲਿਕ ਸਪੋਰਟ ਦੀ ਲੋੜ ਹੈਗੀ। ਇਸ ਤੋਂ ਇਲਾਵਾ ਜੋ ਕੋਵਿਡ ਮਹਾਂਮਾਰੀ ਨੂੰ ਲੈ ਕੇ ਜਿਸ ਤਰ੍ਹਾਂ ਦੇ ਅਰੇਂਜਮੈਂਟਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਹਨ, ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਹਰ ਤਰ੍ਹਾਂ ਦੇ ਸਹਿਯੋਗ ਦੀ ਅਤੇ ਕੋਆਪਰੇਸ਼ਨ ਦੀ ਲੋੜ ਪਊਗੀ। ਲੋਕਲ ਪੁਲਿਸ ਤੁਹਾਡੇ ਸਾਰਿਆਂ ਨਾਲ, ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕਿਸੇ ਵੀ ਤਰ੍ਹਾਂ ਦੇ ਕ੍ਰਾਈਮ ਨੂੰ, ਕਿਸੇ ਵੀ ਤਰ੍ਹਾਂ ਦੇ ਐਡਵਰਸ ਸਿਚੁਏਸ਼ਨ ਨੂੰ ਨਜਿੱਠਣ ਵਿੱਚ ਬਹੁਤ ਹੀ ਤਰ੍ਹਾਂ ਸਕਸ਼ਮ ਹੈ। ਅਤੇ ਇਸੇ ਤਰ੍ਹਾਂ ਮੈਂ ਆਸ ਕਰਦਾ